ਦੁਨੀਆ ਦੇ ਕੋਨੇ-ਕੋਨੇ ਵਿੱਚ ਪੰਜਾਬੀ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਤੇ ਇਹ ਕਹਾਵਤ ਤਾਂ ਅਸੀਂ ਸਾਰਿਆਂ ਨੇ ਹੀ ਸੁਣੀ ਹੈ ਕਿ ਜਿੱਥੇ 4 ਪੰਜਾਬੀ ਇਕੱਠੇ ਹੋ ਜਾਣ ਉੱਥੇ ਪੰਜਾਬ ਬਣ ਜਾਂਦਾ ਹੈ ਤੇ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜਿਹਨੂੰ ਦੂਜਾ ਪੰਜਾਬ ਆਖਿਆ ਜਾਂਦਾ ਹੈ ਤੇ ਇਹ ਵੀ ਸਾਨੂੰ ਸਭ ਨੂੰ ਪਤਾ ਹੈ ਕਿ ਸਾਡੇ ਦੂਜੇ ਪੰਜਾਬ ਵਿੱਚ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਤੇ ਇਹਨਾਂ ਹੀ ਇਲੈਕਸ਼ਨਸ ਵਿੱਚ ਲੀਡ ਤੇ ਨੇ ਇਸ ਟਾਈਮ ਜਸਟਿਨ ਟਰੂਡੋ ਜੋ ਕਿ ਲਿਬਰਲ ਪਾਰਟੀ ਆਫ ਕੈਨੇਡਾ ਦੇ ਹੈੱਡ ਨੇ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਹ PM ਰਹਿ ਚੁੱਕੇ ਨੇ ਕੈਨੇਡਾ ਦੇ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਿਰਫ ਕੈਨੇਡਾ ਦੇ ਲੋਕੀ ਹੀ ਨਹੀਂ ਬਲਕਿ ਇੰਟਰਨੈਸ਼ਨਲੀ ਸਾਰੇ ਹੀ ਜਸਟਿਨ ਟਰੂਡੋ ਨੂੰ ਬਹੁਤ ਪਸੰਦ ਕਰਦੇ ਨੇ ਪਰ ਇਸ ਵੇਲੇ ਜਸਟਿਨ ਟਰੂਡੋ ਨੂੰ ਟੱਕਰ ਦੇਣ ਲਈ ਉੱਥੇ ਇੱਕ ਹੋਰ ਕੈਨੇਡੀਅਨ ਸਿੱਖ ਤਿਆਰ ਹੈ ਜਿਸ ਦਾ ਨਾਮ ਹੈ ਜਗਮੀਤ ਸਿੰਘ ਤੇ ਤੁਹਾਨੂੰ ਦੱਸ ਦਈਏ ਕਿ ਜਗਮੀਤ ਸਿੰਘ ਨਿਊ ਡੈਮੋਕ੍ਰੇਟਿਕ ਪਾਰਟੀ ਤੋਂ ਨੇ ਤੇ ਇਹ ਪਾਰਟੀ 4th ਨੰਬਰ ਤੇ ਚੱਲ ਰਹੀ ਹੈ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਜਗਮੀਤ ਸਿੰਘ ਦੀ ਪਾਰਟੀ ਜਿੱਤਦੀ ਹੈ ਤੇ ਉਹ ਪਹਿਲੇ ਟਰਬੰਡ PM ਹੋਣਗੇ ਕੈਨੇਡਾ ਦੇ ਤੇ ਜਗਮੀਤ ਸਿੰਘ ਆਪਣੇ ਏਰੀਆ ਯਾਨੀ ਕਿ ਬਰਨਬੀ ਸਾਊਥ ਵਿੱਚੋਂ MP ਬਣ ਚੁੱਕੇ ਨੇ ਤੇ MP ਬਣਨ ਦੀ ਖੁਸ਼ੀ ਵਿੱਚ ਉਹਨਾਂ ਨੇ ਇੱਕ ਸਪੀਚ ਦਿੱਤੀ ਆਓ ਤੁਸੀਂ ਵੀ ਸੁਣੋ ਉਹਨਾਂ ਨੇ ਕੀ ਕਿਹਾ My friends before any go any further I want to acknowledge the traditional territories that we're gathered upon the unceded Coast Salish territories of the Squamish the Tsleil-Waututh the Musqueam the Kwik'kwaq'un the First Nations My friends this has been an incredible night It's been an incredible campaign, an incredible journey, and it is such an amazing honor to be home here in British Columbia with all of you. I also want to take a moment to congratulate Mr. Trudeau and the Liberal Party for the evening's results. I want to congratulate them, the new Prime Minister. ਜਗਮੀਤ ਸਿੰਘ ਨੇ ਆਪਣੀ ਇਸ ਜਿੱਤ ਦਾ ਕ੍ਰੈਡਿਟ ਦਿੱਤਾ ਉਹਨਾਂ ਦੀ ਵਾਈਫ ਉਹਨਾਂ ਦੀ ਫੈਮਿਲੀ ਅਤੇ ਕੈਨੇਡੀਅਨ ਪੀਪਲਸ ਨੂੰ ਤੁਹਾਨੂੰ ਦੱਸ ਦਈਏ ਕਿ ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਕਿਉਂਕਿ ਲੋਕਾਂ ਨੂੰ ਉਹ ਪਿਆਰ ਕਰਦੇ ਨੇ ਅਸੀਂ ਕਈ ਵਾਰੀ ਉਹਨਾਂ ਦੇ ਇੰਸਟਾਗ੍ਰਾਮ ਪੋਰਟਲਸ ਤੇ ਦੇਖ ਚੁੱਕੇ ਹਾਂ ਉਹਨਾਂ ਦੀਆਂ ਫੋਟੋਜ਼ ਵਿਦ ਕੈਨੇਡੀਅਨ ਪੀਪਲ ਆਓ ਤੁਸੀਂ ਵੀ ਚੈੱਕ ਕਰੋ ਉਹਨਾਂ ਦੀਆਂ ਕੁਝ ਮੂਵਮੈਂਟਸ ਜੋ ਉਹ ਸਪੈਂਡ ਕਰਦੇ ਨੇ ਕੈਨੇਡਾ ਦੇ ਲੋਕਾਂ ਦੇ ਨਾਲ ਕੈਨੇਡਾ ਵਿੱਚ ਕੁੱਲ 18 ਪੰਜਾਬੀ MPs ਬਣ ਚੁੱਕੇ ਨੇ ਜਿਨ੍ਹਾਂ ਵਿੱਚੋਂ ਲਿਬਰਲ ਪਾਰਟੀ ਦੇ 13 MP ਨੇ ਤੇ NDP ਦੇ ਇੱਕੋ ਇੱਕ ਯਾਨੀ ਕਿ ਜਗਮੀਤ ਸਿੰਘ ਤੇ ਇਸ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਵਿੱਚੋਂ 3 MPs ਨੇ ਜੋ ਪੰਜਾਬੀ ਨੇ ਤੇ ਇਸ ਦੇ ਨਾਲ ਹੀ ਇਹ ਵੀ ਸੰਭਾਵਨਾ ਹੈ ਕਿ ਟਰੂਡੋ ਦੀ ਸਰਕਾਰ ਨੂੰ NDP ਜਗਮੀਤ ਸਿੰਘ ਦੇ ਸਮਰਥਨ ਦਿੱਤੇ ਜਾਣ ਤੇ ਉਹ ਆਪਣੀ ਸਰਕਾਰ ਚਲਾਉਣਗੇ ਤੇ ਜਗਮੀਤ ਸਿੰਘ ਪਹਿਲੇ ਸਿੱਖ ਡਿਪਟੀ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ ਤੇ ਜੇ ਇਦਾਂ ਹੁੰਦਾ ਹੈ ਤੇ ਇਹ ਪੰਜਾਬੀਆਂ ਲਈ ਮਾਣ ਦੀ ਗੱਲ ਹੈ ਜਸਟਿਨ ਟਰੂਡੋ ਤੇ ਆਲਮੋਸਟ ਇੱਕ ਵਾਰ ਫਿਰ ਤੋਂ ਕੈਨੇਡਾ ਦੇ PM ਬਣਨ ਵਾਲੇ ਨੇ ਤੇ ਵੱਡੀਆਂ-ਵੱਡੀਆਂ ਹਸਤੀਆਂ ਉਹਨਾਂ ਨੂੰ ਕੰਗ੍ਰੈਚੁਲੇਟ ਵੀ ਕਰ ਰਹੀਆਂ ਨੇ ਤੇ ਉਹ ਸਭ ਦਾ ਧੰਨਵਾਦ ਵੀ ਕਰ ਰਹੇ ਨੇ ਤੇ ਇਸ ਦੇ ਨਾਲ-ਨਾਲ ਉਹ ਇੱਕ ਗੁੱਡ ਸਪੀਕਰ ਵੀ ਨੇ ਤੇ ਉਹਨਾਂ ਨੇ ਆਪਣੀਆਂ ਸਪੀਚਸ ਵਿੱਚ ਬਹੁਤ ਵਾਰ ਜਸਟਿਸ ਐਂਡ ਇਕੁਐਲਿਟੀ ਦੀ ਗੱਲ ਕੀਤੀ ਹੈ ਤੇ ਕੈਨੇਡਾ ਦੇ ਲੋਕੀ ਸਾਰੇ ਹੀ ਚਾਹੁੰਦੇ ਸੀ ਕਿ ਜਗਮੀਤ ਸਿੰਘ ਇਸ ਵਾਰ PM ਬਣਨ ਪਰ ਫॉर ਅ ਗੁੱਡ ਕਾਜ਼ ਜਸਟਿਨ ਟਰੂਡੋ ਫਿਰ ਤੋਂ PM ਬਣਨ ਜਾ ਰਹੇ ਨੇ ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਜਸਟਿਨ ਟਰੂਡੋ ਵੀ ਇੱਕ ਵੈਲ ਡਿਜ਼ਰਵਡ PM ਨੇ ਸੋ ਅਸੀਂ ਵੀ ਕੰਗ੍ਰੈਚੁਲੇਟ ਕਰਦੇ ਹਾਂ ਜਸਟਿਨ ਟਰੂਡੋ ਨੂੰ ਉਹਨਾਂ ਦੇ ਇਸ ਸਕਸੈਸ ਤੇ ਅਸੀਂ ਉਮੀਦ ਕਰਦੇ ਹਾਂ ਕਿ ਅਗਲੀਆਂ ਇਲੈਕਸ਼ਨਸ ਵਿੱਚ ਅਸੀਂ ਜਗਮੀਤ ਸਿੰਘ ਨੂੰ ਐਜ਼ ਅ PM ਆਫ ਕੈਨੇਡਾ ਦੇਖਾਂਗੇ ਤੁਹਾਡੇ ਕੀ ਵਿਊਜ਼ ਨੇ ਇਸ ਇਲੈਕਸ਼ਨਸ ਬਾਰੇ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ ਬਾਲੀਵੁੱਡ ਅਤੇ ਬਾਲੀਵੁੱਡ ਨਾਲ ਜੁੜੀਆਂ ਨਵੀਆਂ ਅਪਡੇਟ ਜਾਣਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਨੀਚੇ ਦਿੱਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਲਈ ਕਲਿੱਕ ਕਰਨਾ ਨਾ ਭੁੱਲੋ ਬਹੁਤ ਇੰਪੋਰਟੈਂਟ ਸੂਚਨਾ ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ TV ਤੇ ਗੱਬਰੂ ਲਾਈਵ TV ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ ਹੁਣੇ ਇੰਸਟਾਲ ਕਰੋ ਗੱਬਰੂ ਐਪ ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰ